ਹਾਲੀ ਚ ਬਾਲੀਵੁੱਡ ਦੇ ਵਿੱਚੋਂ ਇੱਕ ਗੁੱਡ ਨਿਊਜ਼ ਸਾਹਮਣੇ ਆਈ ਹੈ ਤੇ ਗੁੱਡ ਨਿਊਜ਼ ਸੀ ਬਾਲੀਵੁੱਡ ਦੀ ਦੇਸੀ ਗੱਲ ਪ੍ਰਿਆੰਕਾ ਚੋਪੜਾ ਤੇ ਉਹਨਾਂ ਦੇ ਹਸਬੰਡ ਨਿਕ ਜੌਨਸ ਨੂੰ ਲੈ ਕੇ ਹਾਲ ਹੀ ਚ ਉਹਨਾਂ ਦੇ ਘਰੋਂ ਨੰਨੇ ਬੱਚੇ ਦੇ ਆਇਆ ਖਿਲਕਾਰਿਆਂ ਗੁੰਝਿਆ ਨਾ ਇਸ ਗੱਲ ਦੀ ਜਾਣਕਾਰੀ ਮਿਸਟਰ ਐਂਡ ਮਿਸਿਸ ਜੌਨਸ ਨੇ ਇੱਕ ਪੋਸਟ ਦੇ ਜ਼ਰੀਏ ਦਿੱਤੀ ਹੈ ਤੁਹਾਨੂੰ ਦੱਸ ਦਵਾਂ ਕਿ ਦੇਸੀ ਗੱਲ ਪ੍ਰਿਆੰਕਾ ਇੱਕ ਬੇਬੀ ਗੱਲ ਦੀ ਮਮਾ ਬਣ ਚੁੱਕੀ ਹੈ ਤੇ ਇਸ ਗੱਲ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਿਆੰਕਾ ਚੋਪੜਾ ਦੇ ਇੰਸਟਾਗ੍ਰam ਦੇ ਉੱਤੇ ਮੁਬਾਰਕਬਾਦ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਤੇ ਹੁਣ ਤੱਕ ਪ੍ਰਿਆੰਕਾ ਨੂੰ ਉਹਨਾਂ ਦੇ ਇੰਸ ਹੇ 42000 ਤੋਂ ਉੱਪਰ ਕਮੈਂਟਸ ਆ ਚੁੱਕੇ ਨੇ ਹਰ ਕੋਈ ਪ੍ਰਿਆੰਕਾ ਨਿਕ ਜੋਨਸ ਦੇ ਪੇਰੈਂਟਸ ਬਣਨ ਤੇ ਉਹਨਾਂ ਦੀ ਫੈਮਲੀ ਨੂੰ ਤੇ ਫਰੈਂਡਸ ਨੂੰ ਮੁਬਾਰਕਬਾਦ ਦੇ ਰਿਹਾ ਤੇ ਨਾਲ ਦੀ ਨਾਲ ਦੱਸ ਦੇ ਕਿ ਉਹਨਾਂ ਦੀ ਫੈਮਲੀ ਤੇ ਫਰੈਂਡਸ ਕਾਫੀ ਖੁਸ਼ ਵੀ ਨੇ ਹਾਲ ਹੀ ਚ ਪ੍ਰਿਆੰਕਾ ਚੋਪੜਾ ਦੀ ਕਜ਼ਨ ਮੀਰਾ ਚੋਪੜਾ ਨੇ ਮੀਰੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪ੍ਰਿਆੰਕਾ ਚੋਪੜਾ ਹਮੇਸ਼ਾ ਤੋਂ ਹੀ ਬਹੁਤ ਸਾਰੇ ਬੱਚਿਆਂ ਦੀ ਮੰਮੀ ਬਣਨਾ ਚਾਹੁੰਦੀ ਸੀ ਤੇ ਪ੍ਰਿਆੰਕਾ ਇਸ ਨਵੇਂ ਜ਼ਿੰਦਗੀ ਦੇ ਚੈਪਟਰ ਤੋਂ ਮੀਰਾ ਕਾਫੀ ਖੁਸ਼ ਵੀ ਲੱਗ ਰਹੀ ਸੀ ਇਸ ਦੇ ਨਾਲ ਹੀ ਦੱਸਿਆ ਕਿ ਪ੍ਰਿਆੰਕਾ ਦੀ ਕਜ਼ਨ ਨੇ ਕਾਫੀ ਉਹਨਾਂ ਨੂੰ ਪ੍ਰਾਊਡ ਫ ਕਿਹਾ ਕਿ ਪ੍ਰਿਆੰਕਾ ਇੱਕ ਸੁਪਰ ਮਮ ਬਣਨ ਵਾਲੀ ਹੈ ਸਭ ਨੂੰ ਉਹਨਾਂ ਤੇ ਕਾਫੀ ਮਾਣ ਹੈ ਤੇ ਇਥੇ ਗੱਲ ਕਰੀਏ ਪ੍ਰਿਆੰਕਾ ਦੇ ਵਰਕ ਫਰੰਟ ਦੀ ਤੇ ਉਹਨਾਂ ਨੇ ਬਾਲੀਵੁੱਡ ਨੂੰ ਕਾਫੀ ਸਰੀਆ ਹਿੱਟ ਫਿਲਮਾਂ ਦਿੱਤੀਆਂ ਨੇ ਤੇ ਹਾਲੀਵੁੱਡ ਦੇ ਵਿੱਚ ਹਾਲੀ ਦੇ ਵਿੱਚ ਉਹ ਦਾ ਮੈਟ੍ਰਿਕਸ ਦੇ ਲਾਸਟ ਟਾਈਮ ਨਜ਼ਰ ਆਈ ਸੀ ਇਸ ਤੋਂ ਇਲਾਵਾ ਪ੍ਰਿਆੰਕਾ ਚੋਪੜਾ ਜੀਲੇ ਜ਼ਰਾ ਦੇ ਵਿੱਚ ਕੈटरीना कैफ ਤੇ ਆਲਿਆ ਭੱਟ ਦੇ ਨਾਲ ਮੇਨ ਲੀਡ ਦੇ ਵਿੱਚ ਨਜ਼ਰ ਆਉਣ ਵਾਲੀ ਨੇ